ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ ਸ਼ੋਅ ਦੇ 32ਵੇਂ ਸੀਜ਼ਨ ਦੇ 13ਵੇਂ ਐਪੀਸੋਡ ਵਿੱਚ। ਦੇਸ਼ ਵਿਦੇਸ਼ ਤੋਂ ਜੁੜੀਆਂ ਸੰਗਤਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਹਰਜਿੰਦਰ ਸਿੰਘ, ਸਰਦਾਰ ਕੁਲਮੋਹਨ ਸਿੰਘ ਜੀ ਆਪ ਜੀ ਦੀ ਇਜਾਜ਼ਤ ਲੈ ਕੇ ਸਾਡੇ ਵਿਊਅਰਸ ਨਾਲ ਇੱਕ ਬੜੀ ਜ਼ਰੂਰੀ ਗੱਲ ਸ਼ੇਅਰ ਕਰਨਾ ਚਾਹੁੰਦਾ। ਗੁਰੂ ਪਾਤਸ਼ਾਹ ਦੀ ਸ਼ਖਸੀਅਤ ਦੀ ਝਲਕ ਜਿਹੜੀ ਹੈ ਉਹ ਸਾਨੂੰ ਗੁਰਬਾਣੀ ਦੇ ਵਿੱਚੋਂ ਨਜ਼ਰ ਆਉਂਦੀ ਹੈ ਅਤੇ ਜਿਹੜਾ ਇਤਿਹਾਸ ਉਹਨਾਂ ਦਾ ਲਿਖਿਆ ਗਿਆ ਲਗਭਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 100 ਸਾਲ ਦੇ ਬਾਅਦ, ਅਤੇ ਫਿਰ ਉਹਦੇ ਵਿੱਚ ਜਿਹੜੀਆਂ ਤਰੁੱਟੀਆਂ, ਜਿਹੜੀਆਂ ਕਮੀਆਂ ਜਾਂ ਜਿਹੜੀਆਂ ਮਨ ਘੜਤ ਸਾਖੀਆਂ ਜੋੜ ਦਿੱਤੀਆਂ ਗਈਆਂ ਉਹਨਾਂ ਤੋਂ ਕਿਵੇਂ ਬਚੀ। ਕਈ ਜਗ੍ਹਾ ਤਾਂ ਭਾਈ ਦਇਆ ਸਿੰਘ ਜੀ, ਭਾਈ ਮਨੀ ਸਿੰਘ ਜੀ ਦਾ ਨਾਮ ਲੈ ਕੇ ਇਤਿਹਾਸ ਲਿਖਿਆ ਗਿਆ ਹੈ। ਕਿਸ ਪੈੱਨ ਨਾਲ? ਫਾਊਂਟੇਨ ਪੈੱਨ ਨਾਲ, ਜਿਹਦੀ ਡਿਸਕਵਰੀ ਭਾਈ ਦਇਆ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਵੇਲੇ ਹੋਈ ਨਹੀਂ ਸੀ, ਸੋ ਉੱਥੋਂ ਹੀ ਉਸਦਾ ਝੂਠ ਪਕੜਿਆ ਜਾਂਦਾ। ਹੁਣ ਅੱਜ ਦੇ ਯੂਥ ਸਾਹਮਣੇ ਇੱਕ ਬੜਾ ਵੱਡਾ ਚੈਲੇਂਜ ਹੈ ਕਿ ਉਹ ਫਿਰ ਠੀਕ ਇਤਿਹਾਸ ਦੀ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਕਰੇ। ਸੋ ਹੈ ਅੱਜ ਦਾ ਜਿਹੜੇ ਨਵੀਆਂ ਖੋਜਾਂ ਹੋਈਆਂ ਹਨ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਡਾਕਟਰ ਕਰਮਿੰਦਰ ਸਿੰਘ ਜੀ ਮਲੇਸ਼ੀਆ, ਪ੍ਰੋਫੈਸਰ ਇੰਦਰਜੀਤ ਸਿੰਘ ਜੀ ਘੱਗਾ ਅਤੇ ਇਸ ਤਰ੍ਹਾਂ ਦੇ ਹੋਰ ਸੂਝਵਾਨ ਲਿਖਾਰੀਆਂ ਨੇ ਖੋਜ ਕੇ ਸਾਇੰਟਿਫਿਕ ਵੇ ਦੇ ਨਾਲ, ਈਵਨ ਉਹਨਾਂ ਜਗ੍ਹਾ 'ਤੇ ਵਿਜ਼ਿਟ ਕਰਕੇ ਠੀਕ ਇਤਿਹਾਸ ਦੀ ਖੋਜ ਕੀਤੀ ਹੈ, ਜਾਣਕਾਰੀ ਪ੍ਰਾਪਤ ਕੀਤੀ ਹੈ। ਲੌਜਿਕ, ਰੀਜ਼ਨਿੰਗ ਅਤੇ ਕੁਐਸਚਨਿੰਗ ਦੇ ਨਾਲ ਗੁਰਬਾਣੀ ਦੀ ਲਾਈਟ 'ਚ, ਗੁਰਬਾਣੀ ਦੇ ਚਾਨਣ 'ਚ ਸਾਰਾ ਨਵਾਂ ਇਤਿਹਾਸ ਲਿਖਿਆ। ਸਾਨੂੰ ਉਸਨੂੰ ਪੜ੍ਹਨਾ, ਸਮਝਣਾ ਅਤੇ ਵਿਚਾਰਨਾ ਚਾਹੀਦਾ। ਅਸੀਂ ਆਪਣੇ ਦਰਸ਼ਕਾਂ 'ਤੇ ਫੈਸਲਾ ਛੱਡਦੇ ਹਾਂ ਕਿ ਉਹ ਜਿਹੜਾ ਮਿਲਾਵਟ ਕੀਤਾ ਇਤਿਹਾਸ ਸੀ ਉਸਨੂੰ ਪੜ੍ਹਨ, ਸਮਝਣ ਜਾਂ ਨਵੀਆਂ ਖੋਜਾਂ ਦੇ ਨਾਲ ਆਪਣਾ ਭਵਿੱਖ ਉਜਾਗਰ ਕਰਨ ਅਤੇ ਦੁਨੀਆ ਤੱਕ ਵੀ ਅਸੀਂ ਜਿਹੜੀਆਂ ਕਰਾਮਾਤਾਂ ਵਾਲੀਆਂ ਕਹਾਣੀਆਂ ਉਹਦੇ ਨਾਲ ਆਪਣਾ ਮਜ਼ਾਕ ਨਾ ਉਡਾਈਏ ਬਲਕਿ ਲੌਜੀਕਲ ਗੱਲ ਦੁਨੀਆ ਤੱਕ ਪਹੁੰਚਾਈਏ। ਅਸੀਂ ਆਪਣੇ ਪਿਛਲੇ ਹਫ਼ਤੇ ਦੇ ਰੋਲ ਓਵਰ ਕੰਟੈਸਟੈਂਟ ਗੁਰਪ੍ਰੀਤ ਕੌਰ ਜੀ ਨੂੰ ਇਨਵਾਈਟ ਕਰ ਰਹੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਕੌਰ ਫਰੋਮ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼। ਆਪ ਜੀ ਦੇ ਨਾਲ ਪਿਛਲੇ ਹਫ਼ਤੇ ਅਸੀਂ ਇੱਕ ਕੁਐਸਚਨ ਕਰ ਚੁੱਕੇ ਸਾਂ, ਦੂਸਰਾ ਕੁਐਸਚਨ ਹੁਣ ਆਪ ਜੀ ਲਈ ਸਕਰੀਨ 'ਤੇ ਆ ਰਿਹਾ। ਭਾਈ ਨੰਦ ਲਾਲ ਸਿੰਘ ਜੀ ਮੈਟ ਵਿੱਚ ਗੁਰੂ ਸਾਹਿਬ ਇਨ ਅਨੰਦਪੁਰ ਸਾਹਿਬ? ਭਾਈ ਨੰਦ ਲਾਲ ਸਿੰਘ ਜੀ ਅਨੰਦਪੁਰ ਸਾਹਿਬ ਕਿਹੜੇ ਗੁਰੂ ਸਾਹਿਬ ਨੂੰ ਮਿਲੇ? ਆਪ ਜੀ ਦੇ ਆਪਸ਼ਨ ਸੇ ਗੁਰੂ ਤੇਗ ਬਹਾਦਰ ਜੀ, ਬੀ ਗੁਰੂ ਹਰ ਰਾਏ ਜੀ, ਸੀ ਗੁਰੂ ਗੋਬਿੰਦ ਸਿੰਘ ਜੀ ਜਾਂ ਡੀ ਗੁਰੂ ਅਰਜਨ ਸਾਹਿਬ ਜੀ? ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਬੀ, ਆਪਸ਼ਨ ਬੀ, ਗੁਰੂ ਹਰ ਰਾਏ ਜੀ। ਬੀ ਆਪਸ਼ਨ ਨੂੰ ਲੌਕ ਕਰਦੇ ਹਾਂ ਔਰ ਜਾਣਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਜਾਂ ਨਹੀਂ। ਆਪ ਜੀ ਦਾ ਜਵਾਬ ਗਲਤ ਹੋ ਗਿਆ ਗੁਰਪ੍ਰੀਤ ਕੌਰ ਜੀ, ਸੀ ਆਪਸ਼ਨ ਸੀ ਗੁਰੂ ਗੋਬਿੰਦ ਸਿੰਘ ਜੀ। ਅਸੀਂ ਆਪ ਜੀ ਦੇ ਨਾਲ ਇਸ ਜਰਨੀ ਨੂੰ
ਅੱਗੇ ਨਹੀਂ ਵਧਾ ਸਕਾਂਗੇ। ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਮੈਂ ਰਿਕੁਐਸਟ ਕਰ ਰਿਹਾ ਸਰਦਾਰ ਜਸਕਰਨ ਸਿੰਘ ਜੀ, ਜਿਹੜੇ ਸਾਡੇ ਨਾਲ ਬ੍ਰੈਂਪਟਨ ਕੈਨੇਡਾ ਤੋਂ ਜੁੜ ਰਹੇ, ਅਤੇ ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰਨੀ ਬਲਵਿੰਦਰ ਕੌਰ ਜੀ ਸੋਖੀ, ਜਿਹੜੇ ਮਹਾਰਾਸ਼ਟਰਾ ਤੋਂ ਸਾਡੇ ਨਾਲ ਜੁੜੇ ਹਨ। ਸਿਮਕੋ ਔਰ ਵਾਈਬਰ ਟੀਵੀ ਵੱਲੋਂ ਗਿਫਟ ਟੈਂਪਰ ਔਰ ਕੈਸ਼ ਪ੍ਰਾਈਜ਼ ਆਪ ਜੀ ਨੂੰ ਦੇ ਰਹੇ ਹਨ, ਪਲੀਜ਼ ਐਕਸੈਪਟ। ਆਓ ਬਣੀਏ ਗੁਰ ਸਿੱਖ ਪਿਆਰਾ, ਆਓ ਬਣੀਏ ਗੁਰ ਸਿੱਖ ਪਿਆਰਾ। ਉੱਤਰ ਪ੍ਰਦੇਸ਼ ਤੋਂ ਬਾਅਦ ਅਸੀਂ ਪੁੱਜ ਗਏ ਹਾਂ ਮਹਾਰਾਸ਼ਟਰਾ, ਜਿੱਥੇ ਸਾਡੇ ਨਾਲ ਜੁੜ ਰਹੇ ਹਨ ਸਰਦਾਰਨੀ ਜਸਬੀਰ ਕੌਰ ਜੀ। ਜੀ ਆਇਆਂ ਨੂੰ ਜੀ, ਆਪ ਜੀ ਆਪਣੀ ਇੰਟਰੋਡਕਸ਼ਨ ਸਾਡੇ ਦਰਸ਼ਕਾਂ ਨੂੰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਬੀਰ ਕੌਰ ਫਰੋਮ ਦੇਵਰੀ ਮਹਾਰਾਸ਼ਟਰਾ ਨੀਅਰ ਨਾਗਪੁਰ। ਔਨਲਾਈਨ ਇਗਜ਼ਾਮ ਪਾਸ ਕਰਕੇ ਇਸ ਮੰਚ ਤੱਕ ਪਹੁੰਚੀ ਹਾਂ। ਅੱਜ ਇਸ ਪ੍ਰਤੀਯੋਗਤਾ ਲਈ ਸਿਲੇਬਸ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ ਅਤੇ ਕੋਸ਼ਿਸ਼ ਕਰਾਂਗੀ ਕਿ ਸਾਰੇ ਸਵਾਲਾਂ ਦੇ ਉੱਤਰ ਦੇ ਸਕਾਂ। ਕੁਆਲੀਫਿਕੇਸ਼ਨ ਇਜ਼ BSc ਓਨਰਸ ਇਨ ਸਬਜੈਕਟ ਬੋਟਨੀ ਫਰੋਮ ਰਾਂਚੀ ਯੂਨੀਵਰਸਿਟੀ। ਹੋਮ ਮੇਕਰ ਹਾਂ। ਗੁਰਬਾਣੀ ਪੜ੍ਹਨੀ, ਸੁਣਨੀ, ਕੀਰਤਨ ਕਰਨਾ ਅਤੇ ਸਿੱਖ ਹਿਸਟਰੀ ਨਾਲ ਰਿਲੇਟਡ ਪੁਸਤਕਾਂ ਪੜ੍ਹਨਾ ਬੜਾ ਅੱਛਾ ਲੱਗਦਾ ਹੈ। ਆਪ ਜੀ ਕੁਇਜ਼ ਦੇ ਰੂਲਸ ਜਾਣਦੇ ਹੋ ਅਤੇ ਅਸੀਂ ਆਪ ਜੀ ਦੇ ਨਾਲ ਛੇਤੀ ਦੇ ਨਾਲ ਇੱਕ ਕੰਪੀਟੀਸ਼ਨ ਸ਼ੁਰੂ ਕਰਦੇ ਹਾਂ, ਜਿਸ ਦੀ ਆਪ ਜੀ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੋ। ਔਰ ਆਪ ਜੀ ਲਈ ਪਹਿਲਾ ਕੁਐਸਚਨ ਹੁਣ ਸਕਰੀਨ 'ਤੇ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਮ, ਆਸਾ ਕੀ ਵਾਰ ਵਿੱਚ ਉਪਰੋਕਤ ਗੁਰਬਾਣੀ ਤੁਕ ਦੀ ਰੋਸ਼ਨੀ ਵਿੱਚ ਨਿਰਾਕਾਰ ਕਰਤਾ ਪੁਰਖ ਦੀਆਂ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਰਚਨਾਵਾਂ ਉਸਦੇ ਅਧੀਨ ਹਨ? ਆਪ ਜੀ ਲਈ ਆਪਸ਼ਨਸ ਏ ਸੂਰਜ, ਬੀ ਚੰਦ, ਸੀ ਸਾਰੀ ਗਲੈਕਸੀ, ਜਾਂ ਡੀ ਇਹ ਸਾਰੇ ਹੀ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਅਸੀਂ ਛੇਤੀ ਦੇ ਨਾਲ ਡੀ ਆਪਸ਼ਨ ਨੂੰ ਲੌਕ ਕਰਦੇ ਹਾਂ। ਪਲੀਜ਼ ਲੌਕ ਡੀ ਆਪਸ਼ਨ। ਔਰ ਆਪ ਜੀ ਦਾ ਜਵਾਬ ਠੀਕ ਹੋ ਗਿਆ, ਗੁੱਡ ਓਪਨਿੰਗ। ਪ੍ਰੋਸੀਡ ਕਰਾਂਗੇ ਕੁਐਸਚਨ ਨੰਬਰ 2 ਵੱਲ, ਜਿਹੜਾ ਕਿ ਹੁਣ ਆਪ ਜੀ ਦੀ ਸਕਰੀਨ 'ਤੇ। ਵੈਨ ਡਿਡ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਪਾਸ ਅਵੇ? ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ ਸਨ? ਆਪ ਜੀ ਲਈ ਆਪਸ਼ਨਸ ਆ ਗਏ ਏ 1646, ਬੀ 1661, ਸੀ 1640, ਜਾਂ ਡੀ 1664। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਬੀ ਆਪਸ਼ਨ। ਬੀ ਬੀ ਆਪਸ਼ਨ ਨੂੰ ਅਸੀਂ ਲੌਕ ਕਰਦੇ ਹਾਂ ਔਰ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਐਂਡ ਇਟਸ ਅ ਕਰੈਕਟ ਆਨਸਰ। ਥਰਡ ਕੁਐਸਚਨ ਆਫ ਦੀ ਗੇਮ ਨਾਉ ਔਨ ਯੂਅਰ ਸਕਰੀਨ। ਆਡੀਓ ਕੁਐਸਚਨ, ਕੰਪਲੀਟ ਦੀ ਨੈਕਸਟ ਗੁਰਬਾਣੀ ਤੁਕ ਫਰੋਮ ਸੁਖਮਨੀ ਸਾਹਿਬ। ਆਡੀਓ ਪਲੇ ਕੀਤਾ ਜਾਵੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਬਹੁਤ ਵਧੀਆ ਜੀ, ਸਪਰ ਆਫ ਮੋਮੈਂਟ ਆਪ ਜੀ ਨੇ ਜਵਾਬ ਦਿੱਤਾ ਹੈ ਅਤੇ ਕੰਪਿਊਟਰ ਜੀ ਕੋਲੋਂ ਪੁੱਛ ਲੈਂਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਜਵਾਬ ਆ ਗਿਆ ਜੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਫੋਰਥ ਕੁਐਸਚਨ ਜਸਬੀਰ ਕੌਰ ਜੀ ਲਈ, ਆਪ ਜੀ ਦੀ ਸਕਰੀਨ 'ਤੇ। ਵਟ ਇਜ਼ ਦਾ ਮੀਨਿੰਗ ਆਫ ਹਾਈ ਲਾਈਟਿਡ ਵਰਡ ਇਨ ਦੀ ਫੋਲੋਇੰਗ ਗੁਰਬਾਣੀ ਵਰਸ? ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਆਦਿ ਸੱਚ, ਜੁਗਾਦ ਸੱਚ। ਆਦਿ ਸ਼ਬਦ ਦਾ ਆਪ ਜੀ ਨੇ ਠੀਕ ਅਰਥ ਦੱਸਣਾ ਹੈ ਇਹਨਾਂ ਆਪਸ਼ਨਸ ਦੇ ਵਿੱਚੋਂ। ਏ ਮੁੱਢ ਤੋਂ, ਬੀ ਜੁਗਾਂ ਦੇ ਮੁੱਢ ਤੋਂ, ਸੀ ਅੱਧਾ ਸੱਚ, ਡੀ ਅੰਤ ਤੋਂ।
ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਆਦ ਮੁੱਢ ਤੋਂ। ਆਦ ਮੁੱਢ ਤੋਂ ਜੀ, ਇਹ ਆਪਸ਼ਨ ਨੂੰ ਲੌਕ ਕਰੀਏ ਜੀ ਫਿਰ ਤੁਹਾਡੇ ਕਹਿਣੇ ਮੁਤਾਬਿਕ। ਹਾਂਜੀ, ਇਹ ਆਪਸ਼ਨ ਨੂੰ ਲੌਕ ਕੀਤਾ ਜਾਏ। ਇਹ ਆਪਸ਼ਨ ਨੂੰ ਲੌਕ ਕਰੋ ਜੀ। ਔਰ ਇਹ ਜਵਾਬ ਬਿਲਕੁਲ ਠੀਕ ਹੋ ਗਿਆ ਆਪ ਜੀ। ਲੈਵਲ 1 ਦੇ ਲਾਸਟ ਕੁਐਸਚਨ ਨੂੰ ਵੱਧ ਗਏ ਹੋ, ਜਿਹੜਾ ਕਿ ਹੁਣ ਆਪ ਜੀ ਲਈ ਸਕਰੀਨ 'ਤੇ ਆ ਰਿਹਾ। ਵਿਜੂਅਲ ਕੁਐਸਚਨ, ਆਈਡੈਂਟੀਫਾਈ ਦਾ ਸਿੱਖ ਅਚੀਵਰ, ਸਿੱਖ ਅਚੀਵਰ ਦੀ ਪਛਾਣ ਕਰੋ। ਇੱਕ ਇਮੇਜ ਆਪ ਜੀ ਨੂੰ ਸਕਰੀਨ 'ਤੇ ਦਿਖਾਈ ਜਾ ਰਹੀ ਹੈ, ਬੜੇ ਧਿਆਨ ਨਾਲ ਦੇਖ ਕੇ ਆਉਣ ਵਾਲੀਆਂ ਆਪਸ਼ਨ ਦੇ ਵਿੱਚੋਂ ਆਪ ਜੀ ਨੇ ਆਂਸਰ ਸਿਲੈਕਟ ਕਰਨਾ ਹੈ। ਇਮੇਜ ਦਿਖਾਈ ਜਾਵੇ। ਹੁਣ ਆਪਸ਼ਨਸ ਆ ਰਹੇ ਨੇ ਆਪ ਜੀ ਲਈ ਸਕਰੀਨ 'ਤੇ। ਏ ਅਰਸ਼ਦੀਪ ਸਿੰਘ, ਬੀ ਪ੍ਰੀਤ ਸਿੰਘ, ਸੀ ਜੋਗਿੰਦਰ ਸਿੰਘ, ਜਾਂ ਡੀ ਭਗਵੰਤ ਸਿੰਘ। ਮੈਂ ਲਾਈਫ ਲਾਈਨ ਲੈਣਾ ਚਾਹੁੰਦੀ ਹਾਂ, ਐਕਸਪਰਟ ਐਡਵਾਈਸ। ਐਕਸਪਰਟ ਐਡਵਾਈਸ ਦੀ ਲਾਈਫ ਲਾਈਨ ਲੈਣਾ ਚਾਹੁੰਦੇ ਹਨ। ਔਰ ਅੱਜ ਸਾਡੇ ਨਾਲ ਸਰਦਾਰਨੀ ਜਸਵਿੰਦਰ ਕੌਰ ਜੀ ਈਸਟ ਆਫ ਕੈਲਾਸ਼ ਨਿਊ ਦਿੱਲੀ ਤੋਂ ਜੁੜ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਰਦਾਰਨੀ ਜਸਬੀਰ ਕੌਰ ਜੀ ਨੂੰ ਇਹਦਾ ਠੀਕ ਜਵਾਬ ਦੱਸ ਕੇ ਗੇਮ ਵਿੱਚ ਅੱਗੇ ਵਧਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜਸਬੀਰ ਕੌਰ ਜੀ, ਸਭ ਤੋਂ ਪਹਿਲੇ ਆਪ ਜੀ ਨੂੰ ਵਧਾਈ ਦਿੰਦੀ ਹਾਂ। ਆਪ ਜੀ ਇਸ ਪ੍ਰੋਗਰਾਮ ਦੀ, ਇਸ ਗੇਮ ਨੂੰ ਖੇਡਦੇ ਹੋਏ ਇੱਥੇ ਤੱਕ ਪਹੁੰਚੇ ਹੋ। ਹੁਣ ਜਿੱਥੇ ਆਪ ਜੀ ਨੂੰ ਹੈਲਪ ਦੀ ਲੋੜ ਹੈ, ਉਹ ਜਿਵੇਂ ਕਿ ਵੀਰ ਜੀ ਨੇ ਦੱਸਿਆ ਹੈ, ਇੱਕ ਵਿਜੂਅਲ ਕੁਐਸਚਨ ਹੈ। ਆਪ ਜੀ ਨੂੰ ਜਿਹੜੀ ਸ਼ਖਸੀਅਤ ਦੀ ਪਿਕਚਰ ਸਕਰੀਨ 'ਤੇ ਦਿਖਾਈ ਗਈ ਹੈ, ਇਹ ਹਨ ਵਰਲਡ ਫੇਮਸ ਸਾਡੇ ਕੌਮ ਦੇ ਸਰਦਾਰ ਭਗਵੰਤ ਸਿੰਘ ਜੀ, ਜੋ ਕਿ ਸਿੰਘ ਐਂਡ ਕੰਪਨੀ ਦੇ ਚੇਅਰਮੈਨ ਹਨ। ਸਰਦਾਰਨੀ ਜਸਵਿੰਦਰ ਕੌਰ ਜੀ ਦਾ ਕਹਿਣਾ ਹੈ ਕਿ ਆਪ ਜੀ ਡੀ ਆਪਸ਼ਨ ਭਗਵੰਤ ਸਿੰਘ ਨਾਲ ਸੇਫਲੀ ਜਾ ਸਕਦੇ ਹੋ। ਕੀ ਆਪ ਜੀ ਉਹਨਾਂ ਦੀ ਐਡਵਾਈਸ ਮੰਨਣਾ ਚਾਹੋਗੇ? ਜੀ ਹਾਂਜੀ, ਮੈਂ ਉਹਨਾਂ ਦੀ ਐਡਵਾਈਸ ਮੰਨਣਾ ਚਾਹਾਂਗੀ। ਤਾਂ ਫਿਰ ਆਪ ਜੀ ਦਾ ਜਵਾਬ ਵੀ ਠੀਕ ਹੋ ਗਿਆ, ਕਿਉਂਕਿ ਕੰਪਿਊਟਰ ਨੇ ਸਹਿਮਤੀ ਦਿੱਤੀ ਹੈ। ਅਤੇ ਆਪ ਜੀ ਜਸਵਿੰਦਰ ਕੌਰ ਜੀ ਦਾ ਧੰਨਵਾਦ ਕਰ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਮੈਨੂੰ ਇਸ ਪ੍ਰਤੀਯੋਗਤਾ 'ਚ ਅੱਗੇ ਵਧਾਉਣ 'ਚ ਮਦਦ ਕੀਤੀ ਹੈ। ਅਤੇ ਮੈਂ ਆਪ ਜੀ ਨੂੰ ਨਾਲ ਹੀ ਅੱਗੇ ਜਿਹੜਾ ਸਾਰਾ ਪ੍ਰੋਗਰਾਮ ਜਿਹਦੇ ਵਿੱਚ ਆਪ ਜੀ ਪਾਰਟੀਸਿਪੇਟ ਕਰ ਰਹੇ ਹੋ, ਇਹਦੇ ਲਈ ਵੀ ਆਪ ਜੀ ਨੂੰ ਆਪਣੀ ਬੈਸਟ ਆਫ ਵਿਸ਼ਿਸ ਦੇਣਾ ਚਾਹੁੰਦੀ ਹਾਂ। ਗੁਰੂ ਕਿਰਪਾ ਕਰੇ, ਆਪ ਜੀ ਹੋਰ ਚੜ੍ਹਦੀ ਕਲਾ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇੰਝ ਹੀ ਅੱਗੇ ਵੱਧਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰ ਸਿੱਖ ਪਿਆਰਾ। ਅਸੀਂ ਇੱਥੇ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਮੇਰੇ ਕੋਐਂਕਰ ਸਰਦਾਰ ਕੁਲਮੋਹਨ ਸਿੰਘ ਜੀ ਸਰਦਾਰਨੀ ਜਸਬੀਰ ਕੌਰ ਜੀ ਦੇ ਨਾਲ ਗੇਮ ਨੂੰ ਕੰਟੀਨਿਊ ਰੱਖਣਗੇ। ਜਸਬੀਰ ਕੌਰ ਜੀ ਨੂੰ ਅਸੀਂ ਮੁਬਾਰਕਾਂ ਦੇ ਰਹੇ ਹਾਂ, ਜਿਨ੍ਹਾਂ ਨੇ ਲੈਵਲ 1 ਕ੍ਰਾਸ ਕਰ ਲਿਆ। ਸਾਡੇ ਸਪੋਂਸਰਸ ਔਰ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਰਦਾਰ ਭਗਵੰਤ ਸਿੰਘ ਜੀ ਬਾਰੇ ਡਿਟੇਲ ਜਿਹੜੀ ਹੈ ਉਹ ਸਕਰੀਨ 'ਤੇ ਦਰਸ਼ਕਾਂ ਲਈ ਅਸੀਂ ਸ਼ੇਅਰ ਕਰ ਦਿੱਤੀ ਹੈ। ਬ੍ਰੇਕ ਦੇ ਵਿੱਚ ਇੱਕ ਆਡੀਅੰਸ ਕੁਐਸਚਨ ਆ ਰਿਹਾ, ਜਿਸ ਦਾ ਜਵਾਬ ਆਪ ਜੀ ਸਾਨੂੰ ਜਲਦੀ ਲਿਖ ਭੇਜੋ, ਤਾਂ ਕਿ ਅਗਲੇ ਹਫ਼ਤੇ ਆਪ ਜੀ ਵਿਨਰਸ ਦੀ ਲਿਸਟ 'ਚ ਆਪ ਜੀ ਦੀ ਫੋਟੋ ਸਕਰੀਨ 'ਤੇ ਦਿਖਾਈ ਜਾ ਸਕੇ। ਔਰ ਨਾਲ ਹੀ ਜਿਹੜੇ 15 ਕੁਐਸਚਨਸ ਦੇ ਰੈਗੂਲਰ ਜਵਾਬ ਦੇਣਗੇ ਉਹਨਾਂ ਨੂੰ ਇੱਕ ਸਪੈਸ਼ਲ ਗਿਫਟ ਵੀ। ਸੋ ਪਲੀਜ਼ ਦੇਰੀ ਨਾ ਲਾਓ, ਅਸੀਂ ਜਲਦੀ ਹੀ ਆਪ ਜੀ ਦੇ ਫਿਰ ਰੂਬਰੂ ਹੁੰਦੇ। ਥੈਂਕ ਯੂ। ਪਸੀਨਾ ਨੂੰ ਪਸੀਨਾ ਨਹੀਂ ਖੁਸ਼ਬੂ ਪਸੰਦ ਹੈ, ਇਸੇ ਲਈ ਸਿਮਕੋ ਸਵਿਫਟ ਮੈਨ ਲੌਂਗ ਲਾਸਟਿੰਗ ਡੀਓਸ। ਬਾਕੀ ਸਭ ਭੁੱਲ ਲੈ,
सिमको स्विफ्ट कूल है। जब आपको गर्मी लगती है तो आपको गुस्सा आता है, जब आपको गुस्सा आता है तो आप झगड़ते हैं, जब आप झगड़ते हैं तो आपको घर से बाहर निकाल दिया जाता है, जब आप घर से बाहर निकलते हैं तो आपको और गर्मी लगती है, तो आप गर्मी मत खा, वाइबर एसी चला। वाइबर एसी 52 डिग्री की भयंकर गर्मी में भी रखे आपके दिमाग को ठंडा। When it's about style, it's Simcoe. Simcoe Swift Power Hair Spray in Ultra Strong, Mega Strong, and System Professional. Simcoe Swift Power Hair Spray. Style begins with it. इसीलिए सिमको स्विफ्ट में लॉन्ग लास्टिंग डियर्स, बाकी सब बोल रहे सिमको स्विफ्ट कूल है। साड़ी मां बोली पंजाबी, पढ़ पंजाबी, लिख पंजाबी, गैरत मंदा बोल पंजाबी। वाहगुरु जी का खालसा, वाहगुरु जी की फतेह। Today's audience question is, according to Sikh school of thought, what is the meaning of salvation? Options: A. Salvation from superstitions. B. Salvation after life ends. C. Salvation from vices during life. D. Both A and C. Aap ji apne jawab screen te likhe procedure anusar sanu bhej sakde ho. Thank you. आओ बनिए गुर सिख प्यारा, आओ बनिए गुर सिख प्यारा, आओ बनिए। ब्रेक तो बाद असी दर्शकों का मुड़ तो स्वागत करते हाँ आप जी दे प्यारे प्रोग्राम आओ बनिए गुरसिख प्यारा। ब्रेक ते जान तो पहला सरदार हरजिंदर सिंह जी, सरदारनी जसबीर कौर जी दे नाल जिहड़े के देवरी नागपुर दे नेड़े महाराष्ट्र तो साडे नाल जुड़े हुए हैं। आप 5 प्रश्न खेल चुके हो, 6वां प्रश्न आप जी लई आप जी दी स्क्रीन ते आ रहा है। चाबियां दे मोर्चे विच सिखां वल्लों दिखाई दृढ़ता नाल सरकार ने 17 जनवरी 1922 ਨੂੰ ਚਾਬੀਆਂ ਕਿਸ ਸਿੱਖ ਦੇ ਹਵਾਲੇ ਕੀਤੀਆਂ? ਤੁਹਾਡੀਆਂ ਆਪਸ਼ਨ ਨੇ ਏ ਸਰਦਾਰ ਸੁੰਦਰ ਸਿੰਘ, ਬੀ ਸਰਦਾਰ ਬਹਾਦਰ ਸਿੰਘ, ਸੀ ਬਾਬਾ ਖੜਕ ਸਿੰਘ, ਡੀ ਸਰਦਾਰ ਕਰਤਾਰ ਸਿੰਘ। ਆਪਸ਼ਨ ਸੀ ਬਾਬਾ ਖੜਕ ਸਿੰਘ। ਆਪਸ਼ਨ ਸੀ ਨੂੰ ਲੌਕ ਕਰਕੇ ਦੇਖ ਦਿਆਂਗੇ ਤੁਹਾਡੇ ਉੱਤਰ ਨਾਲ ਕੰਪਿਊਟਰ ਜੀ ਸਹਿਮਤ ਨਹੀਂ ਕਰੀ। ਬਿਲਕੁਲ ਠੀਕ ਉੱਤਰ ਆ ਗਿਆ ਜਸਬੀਰ ਕੌਰ ਜੀ। ਬਾਬਾ ਖੜਕ ਸਿੰਘ ਜੀ ਨੂੰ 17 ਜਨਵਰੀ 1922 ਵਿਚਕਾਰ ਜਿਹੜਾ ਹੈ ਉਹ ਚਾਬੀਆਂ ਦਿੱਤੀਆਂ ਗਈਆਂ ਸੀ। ਔਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਵਾਂ ਕਿ ਮਹਾਤਮਾ ਗਾਂਧੀ ਜੀ ਨੇ ਟੈਲੀਗ੍ਰਾਮ ਭੇਜ ਕੇ ਇਹ ਸਿੱਖਾਂ ਨੂੰ ਸੁਨੇਹਾ ਦਿੱਤਾ ਸੀ ਕਿ ਆਪ ਜੀ ਨੇ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ। ਇਹ ਇਤਿਹਾਸਿਕ ਡਾਕੂਮੈਂਟ ਹੈ ਜਿਸ ਨੂੰ ਔਨ ਰਿਕਾਰਡ ਅਸੀਂ ਗੱਲ ਕਰ ਰਹੇ ਹਾਂ।
ਤਾਂ ਵਧਾਂਗੇ ਸੱਤਵੇਂ ਪ੍ਰਸ਼ਨ ਵੱਲ। 2024 ਲਈ ਪੋਲਰ ਬੀਅਰਸ ਫੀਲਡ ਹਾਕੀ ਕਲੱਬ ਵੈਨਕੂਵਰ BC ਦੀ ਕਿਹੜੀ ਸਿੱਖ ਕੁੜੀ ਨੂੰ ਅੰਡਰ 17 ਕੈਨੇਡਾ ਦੀ ਮਹਿਲਾ ਜੂਨੀਅਰ ਨੈਸ਼ਨਲ ਹਾਕੀ ਟੀਮ ਲਈ ਚੁਣਿਆ ਗਿਆ ਹੈ? ਤੁਹਾਡੀਆਂ ਆਪਸ਼ਨਸ ਨੇ ਅਮਾਨਤ ਕੌਰ, ਬੀ ਰਿਆਨ ਕੌਰ, ਸੀ ਪੁਨੀਤ ਕੌਰ, ਡੀ ਆਲ ਆਫ ਦੀਸ। ਬੀ ਰੈਨਾ ਕੌਰ ਜੀ, ਬੀ ਆਪਸ਼ਨ ਬੀ ਰੈਨਾ ਕੌਰ। ਆਪਸ਼ਨ ਬੀ ਨੂੰ ਲੌਕ ਕਰ ਦਈਏ? ਹਾਂਜੀ, ਆਪਸ਼ਨ ਬੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਉੱਤਰ ਨਾਲ ਕੰਪਿਊਟਰ ਜੀ ਵੀ ਸਹਿਮਤ ਨੇ ਕਿ ਨਹੀਂ। ਬਿਲਕੁਲ ਠੀਕ ਹੈ, ਤੋ ਉੱਤਰ ਤੁਹਾਡਾ ਠੀਕ ਹੋ ਗਿਆ। ਅੱਠਵੇਂ ਪ੍ਰਸ਼ਨ ਵੱਲ ਵੱਧ ਰਿਹਾ ਹੁਣ। ਜਸਬੀਰ ਕੌਰ ਜੀ, ਧਿਆਨ ਰੱਖਣਾ, ਟਾਈਟਲ ਦੇ ਬਹੁਤ ਨੇੜੇ ਹੋ। ਅੱਠਵਾਂ ਪ੍ਰਸ਼ਨ ਜਸਬੀਰ ਕੌਰ ਜੀ, ਜਿਹੜੇ ਕਿ ਮਹਾਰਾਸ਼ਟਰ ਤੋਂ ਸਾਡੇ ਜੁੜੇ ਨੇ, ਉਹਨਾਂ ਦੀ ਸਕਰੀਨ 'ਤੇ ਇਹ ਆਡੀਓ ਕੁਐਸਚਨ ਹੈ। ਔਰ ਰਾਗੀ ਸਿੰਘ ਜੀ ਦੀ ਪਹਿਚਾਣ, ਆਵਾਜ਼ ਦੀ ਪਹਿਚਾਣ ਕਰਨੀ ਆਪਣੇ, ਬੜੇ ਧਿਆਨ ਨਾਲ ਉਸ ਆਡੀਓ ਨੂੰ ਸੁਣੋ ਔਰ ਫਿਰ ਆਪਸ਼ਨ ਦਿਆਂਗੇ, ਉਹਦੇ 'ਚੋਂ ਆਪਣੇ ਚੂਜ਼ ਕਰਨਾ ਹੈ। ਆਡੀਓ ਕਲਿੱਪ ਔਨ ਕੀਤੀ ਜਾ ਰਹੀ। ਨਾਨਕ ਕਿਸਨੋ ਆਖੀਐ, ਨਾਨਕ ਕਿਸਨੋ ਆਖੀਐ, ਵਿਣ ਪੁੱਛਿਆ ਹੀ ਲੈ ਜਾਏ, ਵਿਣ ਪੁੱਛਿਆ ਹੀ ਲੈ ਜਾਏ, ਵਿਣ ਪੁੱਛਿਆ ਹੀ ਲੈ ਜਾਏ। ਤੁਹਾਡੀਆਂ ਆਪਸ਼ਨਸ ਨੇ ਏ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣਾ, ਬੀ ਭਾਈ ਜਸਵਿੰਦਰ ਸਿੰਘ ਜੀ ਟੈਕਸਲਾ TV, ਸੀ ਭਾਈ ਜਸਕਰਨ ਸਿੰਘ ਜੀ ਪਟਿਆਲਾ, ਡੀ ਭਾਈ ਜਗਜੀਤ ਸਿੰਘ ਜੀ ਬਬੀਹਾ ਦਿੱਲੀ। ਆਪ ਜੀ ਕਿਹੜੀ ਆਪਸ਼ਨ ਨਾਲ ਜਾਣਾ ਚਾਹੁੰਦੇ? ਆਪਸ਼ਨ ਸੀ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ। ਆਪਸ਼ਨ ਸੀ ਲੌਕ ਕਰਕੇ ਦੇਖਦੇ ਹਾਂ ਕਿ ਬਈ ਇਹ ਵਾਕਈ ਨਾ ਠੀਕ ਆਵਾਜ਼ ਪਹਿਚਾਨੀ ਹੈ ਕਿ ਨਹੀਂ ਪਹਿਚਾਨੀ, ਇਹ ਹੁਣ ਕੰਪਿਊਟਰ ਜੀ ਦੱਸਣਗੇ। ਬਿਲਕੁਲ ਠੀਕ ਹੈ, ਇਹ ਆਵਾਜ਼ ਭਾਈ ਸਾਹਿਬ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲਿਆਂ ਦੀ ਹੈ। ਤੁਸੀਂ ਬਿਲਕੁਲ ਠੀਕ ਪਹਿਚਾਣ ਕੀਤੀ ਹੈ। ਹੁਣ ਨੌਵਾਂ ਪ੍ਰਸ਼ਨ ਆਉਣ ਜਾ ਰਿਹਾ ਹੈ ਜਸਬੀਰ ਕੌਰ ਜੀ, ਔਰ ਟਾਈਟਲ ਔਰ ਤੁਹਾਡੇ ਵਿਚਕਾਰ ਸਿਰਫ ਇੱਕ ਪ੍ਰਸ਼ਨ ਰਹਿ ਗਿਆ। ਤੋ ਤੁਹਾਡੀ ਇੱਕ ਲਾਈਫ ਲਾਈਨ ਤੁਹਾਡੇ ਕੋਲ ਹੈ 50-50, ਔਰ ਨੌਵੇਂ ਪ੍ਰਸ਼ਨ ਤੁਹਾਡੇ ਸਾਹਮਣੇ ਆਉਣ ਜਾ ਰਿਹਾ ਹੈ। ਸੋਚ ਸਮਝ ਕੇ ਆਪਨੇ ਜਵਾਬ ਦੇਣਾ, ਔਰ ਆਓ ਬਣੀਏ ਗੁਰਸਿੱਖ ਪਿਆਰਾ ਦਾ ਟਾਈਟਲ, ਇੱਥੋਂ ਜਿੱਤ ਕੇ ਜਾਓ। ਸਾਡੇ ਦਰਸ਼ਕਾਂ ਵੱਲੋਂ ਵੀ ਅਤੇ ਸਾਡੀ ਟੀਮ ਵੱਲੋਂ ਵੀ ਆਪ ਜੀ ਨੂੰ ਸ਼ੁਭਕਾਮਨਾਵਾਂ ਨੇ, ਲੇਕਿਨ ਧਿਆਨ ਨਾਲ ਖੇਲਣਾ। ਨੌਵਾਂ ਪ੍ਰਸ਼ਨ ਜਸਬੀਰ ਕੌਰ ਜੀ ਵਾਸਤੇ ਉਹਨਾਂ ਦੀ ਸਕਰੀਨ 'ਤੇ। ਜਲੰਧਰ ਦਾ ਕਿਹੜਾ ਸਿੱਖ ਪ੍ਰੋਪਰਟੀ ਡੀਲਰ ਹੈ ਜੋ ਹੁਣ ਜਰਮਨ ਸੈਲੀਬ੍ਰਿਟੀ ਸ਼ੈਫ ਬਣ ਗਿਆ ਹੈ ਅਤੇ ਬਰਲਿਨ ਨੇੜੇ ਮੈਗਡੇਬਰਗ ਸ਼ਹਿਰ ਵਿੱਚ 4 ਰੈਸਟੋਰੈਂਟ ਅਤੇ ਇੱਕ ਹੋਟਲ ਚਲਾਉਣ ਦੇ ਨਾਲ ਨਾਲ ਦੂਜੇ ਜਰਮਨ ਸੈਲੀਬ੍ਰਿਟੀ ਸ਼ੈਫਾਂ ਨੂੰ ਸਿਖਲਾਈ ਦਿੰਦਾ ਹੈ? ਏ ਸਰਦਾਰ ਅਮਰਜੀਤ ਸਿੰਘ, ਬੀ ਇੰਦਰਪਾਲ ਸਿੰਘ, ਸੀ ਚਰਨਜੀਤ ਸਿੰਘ, ਡੀ ਬਹਾਦਰ ਸਿੰਘ। 50-50 ਲਾਈਨ ਲੈਣਾ ਚਾਹੁੰਦੀ ਹਾਂ ਜੀ। 50-50 ਲਾਈਫ ਲਾਈਨ ਲੈਣਾ ਚਾਹੁੰਦੇ ਹੋ? ਤੋ ਕੰਪਿਊਟਰ ਜੀ, ਦੋ ਜਿਹੜੀਆਂ ਗਲਤ ਆਪਸ਼ਨਸ ਨੇ ਉਸ ਨੂੰ ਹਟਾ ਦਿੱਤਾ ਜਾਏ ਤਾਂ ਕਿ ਜਸਬੀਰ ਕੌਰ ਜੀ ਵਾਸਤੇ ਆਂਸਰ ਦੇਣਾ ਸੌਖਾ ਹੋ ਜਾਵੇ। ਜਸਬੀਰ ਕੌਰ ਜੀ, ਕੰਪਿਊਟਰ ਜੀ ਨੇ ਏ ਆਪਸ਼ਨ ਅਮਰਜੀਤ ਸਿੰਘ ਔਰ ਸੀ ਆਪਸ਼ਨ ਚਰਨਜੀਤ ਸਿੰਘ, ਇਸ ਨੂੰ ਹਟਾ ਦਿੱਤਾ ਹੈ।
ਆਪ ਜੀ ਪਾਸ ਹੁਣ ਕੇਵਲ ਦੋ ਰਹਿ ਗਈਆਂ ਨੇ, ਏ ਇੰਦਰਪਾਲ ਸਿੰਘ, ਬੀ ਭੁਪਿੰਦਰ ਸਿੰਘ। ਆਪ ਜੀ ਕਿਹਦੇ ਨਾਲ ਜਾਣਾ ਚਾਹੋਗੇ? ਬੀ ਇੰਦਰਪਾਲ ਸਿੰਘ ਜੀ ਨਾਲ ਜਾਣਾ ਚਾਹੁੰਦੀ ਹਾਂ। ਸੋਚ ਕੇ ਜਵਾਬ ਦਿੱਤਾ? ਹਾਂਜੀ। ਆਪਸ਼ਨ ਬੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਉੱਤਰ ਦੇ ਨਾਲ। ਕੰਪਿਊਟਰ ਜੀ ਸਹਿਮਤ ਨਹੀਂ ਹੋਏ। ਹਾਂਜੀ ਜਸਬੀਰ ਕੌਰ ਜੀ, ਦ ਰਾਈਟ ਆਂਸਰ ਇਜ਼ ਸਰਦਾਰ ਭੁਪਿੰਦਰ ਸਿੰਘ। ਜਸਬੀਰ ਕੌਰ ਜੀ, ਅੱਠਵੇਂ ਪ੍ਰਸ਼ਨ ਤੱਕ ਪਹੁੰਚਣਾ ਵੀ ਬੜੀ ਵੱਡੀ ਗੱਲ ਹੈ। ਇਹ ਤਾਂ ਨਹੀਂ ਮੈਂ ਕਹਿੰਦਾ ਕਿ ਟਾਈਟਲ ਜਿੱਤਣਾ ਜ਼ਰੂਰੀ ਨਹੀਂ ਹੈ, ਉਹ ਵੀ ਬਹੁਤ ਵੱਡੀ ਗੱਲ ਹੈ, ਲੇਕਿਨ ਅੱਠਵੇਂ ਪ੍ਰਸ਼ਨ ਤੱਕ ਕਰੋੜਾਂ ਦਰਸ਼ਕਾਂ ਦੇ ਸਾਹਮਣੇ ਆਪ ਜੀ ਨੇ ਸਮੇਂ 'ਤੇ ਸਾਰੀਆਂ ਲਾਈਫ ਲਾਈਨ ਲੈਂਦਿਆਂ ਹੋਇਆਂ ਇਸਤੇਮਾਲ ਕੀਤੀਆਂ, ਉਹਨਾਂ ਨੂੰ ਵਾਪਸ ਘਰ ਖੜਨ ਦੀ ਕੋਸ਼ਿਸ਼ ਨਹੀਂ ਕੀਤੀ, ਲੇਕਿਨ ਤੁਸੀਂ ਟਾਈਟਲ ਭਾਵੇਂ ਨਹੀਂ ਜਿੱਤ ਪਾਏ, ਲੇਕਿਨ ਤੁਸੀਂ ਆਓ ਬਣੀਏ ਗੁਰਸਿੱਖ ਪਿਆਰਾਂ ਦਾ ਅੰਬੈਸਡਰ ਬਣ ਕੇ ਸੇਵਾ ਕਰਨ ਵਾਸਤੇ ਸਾਡੇ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ। ਔਰ ਆਪ ਜੀ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਸਰਦਾਰ ਦਵਿੰਦਰਪਾਲ ਸਿੰਘ ਜੀ ਔਰ ਸਰਦਾਰਨੀ ਅੰਮ੍ਰਿਤ ਕੌਰ, ਜਿਹੜੇ ਕਿ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ, ਔਰ ਆਓ ਬਣੀਏ ਗੁਰਸਿੱਖ ਪਿਆਰਾਂ ਦੀ ਟੀਮ ਨੂੰ ਹਮੇਸ਼ਾ ਸਹਿਯੋਗ ਵੀ ਕਰਦੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਨੂੰ ਸਿਮਕੋ ਵੱਲੋਂ ਗਿਫਟ ਹੈਂਪਰ ਅਤੇ ਵੈਬਰ ਵੱਲੋਂ ਕੈਸ਼ ਪ੍ਰਾਈਜ਼ ਦੇਣਗੇ, ਅਤੇ ਨਾਲ ਹੀ ਆਪਣੀ ਟੀਮ ਵੱਲੋਂ ਅਸੀਂ ਬੇਨਤੀ ਕਰ ਰਹੇ ਹਾਂ ਸਰਦਾਰਨੀ ਚਰਨਜੀਤ ਕੌਰ ਜੀ ਅਤੇ ਸਰਦਾਰ ਮਹਿੰਦਰ ਸਿੰਘ ਜੀ, ਉਹਨਾਂ ਦੇ ਜਿਹੜੇ ਪਤੀ ਨੇ, ਉਹ ਆਪ ਜੀ ਨੂੰ ਸਾਡੀ ਟੀਮ ਵੱਲੋਂ ਪਿਆਰ ਅਤੇ ਸਤਿਕਾਰ ਦੇ ਰਹੇ ਨੇ। ਇਸ ਨੂੰ ਪ੍ਰਾਪਤ ਕਰੋ। ਆਓ ਬਣੀਏ ਗੁਰਸਿੱਖ ਪਿਆਰਾ, ਆਓ ਬਣੀਏ ਗੁਰਸਿੱਖ ਪਿਆਰਾ। ਦਰਸ਼ਕੋ, ਸਾਡੇ ਅਗਲੇ ਪ੍ਰਤੀਯੋਗੀ ਹਨ ਹਰਪ੍ਰੀਤ ਕੌਰ ਜੀ ਦਿੱਲੀ ਤੋਂ। ਜੀ ਆਇਆਂ ਨੂੰ ਹਰਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਕੌਰ ਦਿੱਲੀ ਤੋਂ, ਪੱਛਮੀ ਬਿਹਾਰ ਤੋਂ ਹੋਮ ਮੇਕਰ ਹਾਂ ਜੀ। ਤੋ ਘਰ 'ਚ ਰਹਿੰਦਿਆਂ ਹੋਇਆਂ ਗੁਰਬਾਣੀ ਬਾਰੇ ਜਾਣਕਾਰੀ, ਗੁਰਬਾਣੀ ਦੇ ਲਈ ਪਿਆਰ, ਬੜੀ ਅੱਛੀ ਗੱਲ ਹੈ। ਇਸ ਤੋਂ ਪਹਿਲਾਂ ਕਿ ਮੈਂ ਪ੍ਰਸ਼ਨਾਂ ਦੀ ਲੜੀ ਸ਼ੁਰੂ ਕਰਾਂ, ਮੈਂ ਆਪ ਜੀ ਨੂੰ ਰੂਲ ਬੜੇ ਸੰਖੇਪ 'ਚ ਦੱਸ ਰਿਹਾ। ਇਹਦੇ ਅੰਦਰ ਟੋਟਲ 9 ਪ੍ਰਸ਼ਨ ਨੇ, ਪਹਿਲੇ ਹਿੱਸੇ 'ਚ ਜਿਹੜੇ ਨੇ 5 ਪ੍ਰਸ਼ਨ ਨੇ, ਔਰ 45 ਸਕਿੰਟ ਦਾ ਟਾਈਮ ਹੈ, ਔਰ ਨਾਲ ਹੀ ਇੱਕ ਐਕਸਪਰਟ ਐਡਵਾਈਸ ਦੀ ਆਪ ਜੀ ਨੂੰ ਲਾਈਫ ਲਾਈਨ ਮਿਲੇਗੀ। ਦੂਜੇ ਹਿੱਸੇ 4 ਪ੍ਰਸ਼ਨ ਨੇ, ਔਰ 60 ਸੈਕਿੰਡ ਦਾ ਟਾਈਮ ਹੋ ਜਾਏਗਾ, ਔਰ ਨਾਲ ਹੀ ਇੱਕ ਲਾਈਫ ਲਾਈਨ ਹੋਰ ਉੱਡ ਜਾਏਗੀ 50-50 ਦੀ। ਤੋ ਪ੍ਰਸ਼ਨਾਂ ਦੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ। ਹੁਣ ਆਪ ਜੀ ਲਈ ਪਹਿਲਾ ਪ੍ਰਸ਼ਨ ਆਪ ਜੀ ਦੀ ਸਕਰੀਨ 'ਤੇ। ਸਿੱਖ ਸਿਧਾਂਤ ਹੇਠ ਲਿਖੇ ਵਿੱਚੋਂ ਕਿਸ ਕਾਰਨ ਪ੍ਰਗਤੀਸ਼ੀਲ ਹੈ? ਤੁਹਾਡੀਆਂ ਆਪਸ਼ਨਸ ਨੇ, ਸਮਾਜ ਵਿੱਚ ਬਹੁਲਵਾਦ ਨੂੰ ਸਵੀਕਾਰ ਕਰਦਾ ਹੈ, ਬੀ ਅੰਧ ਵਿਸ਼ਵਾਸਾਂ ਨੂੰ ਨਕਾਰਦਾ ਹੈ, ਸੀ ਸੱਚਮੁੱਚ ਲੋਕਤੰਤਰੀ ਹੈ, ਡੀ ਇਹ ਸਾਰੇ ਗੁਣ ਹਨ। ਇਹ ਸਾਰੇ ਗੁਣ ਹਨ, ਡੀ ਆਪਸ਼ਨ। ਆਪਸ਼ਨ ਡੀ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਦਾ ਉੱਤਰ ਠੀਕ ਹੈ ਕਿ ਨਹੀਂ। ਬਿਲਕੁਲ ਠੀਕ ਹੈ। ਦਰਸ਼ਕੋ, ਦਿਲ ਤਾਂ ਕਰਦਾ ਕਿ ਹਰਪ੍ਰੀਤ ਕੌਰ ਜੀ ਦੇ ਨਾਲ ਇਸ ਨੂੰ ਲਗਾਤਾਰ ਜਾਰੀ ਰੱਖੀਏ, ਲੇਕਿਨ ਕੜੀ ਕਹਿ ਰਹੀ ਹੈ ਕਿ ਸਮੇਂ ਨਾਲ ਜਿਹੜੇ ਲੋਕ ਨਹੀਂ ਚੱਲਦੇ ਉਹ ਹਮੇਸ਼ਾ ਤਰੱਕੀ ਦੀ ਲਕੀਰ ਤੋਂ ਬਾਹਰ ਹੋ ਜਾਂਦੇ। ਇਸ ਲਈ ਅਗਲੇ ਹਫ਼ਤੇ ਇਸੇ ਚੈਨਲ 'ਤੇ ਇਸੇ ਵੇਲੇ ਸਰਦਾਰਨੀ ਹਰਪ੍ਰੀਤ ਕੌਰ ਜੀ ਦੇ ਨਾਲ, ਜਿਹੜੇ ਕਿ ਦਿੱਲੀ ਪੱਛਮੀ ਬਿਹਾਰ ਤੋਂ ਸਾਡੇ ਨਾਲ ਜੁੜੇ ਨੇ, ਇਹ ਸਾਡੇ ਰੋਲ ਓਵਰ ਪ੍ਰਤੀਯੋਗੀ ਹੋ, ਔਰ ਤੁਸੀਂ ਸਾਡੇ ਦਰਸ਼ਕ ਰੋਲ ਓਵਰ ਦਰਸ਼ਕ ਹੋ, ਤਾਂ ਕਿ ਤੁਸੀਂ ਅਗਲੇ ਹਫ਼ਤੇ ਵੀ ਇਹਨਾਂ ਦਾ ਪ੍ਰੋਗਰਾਮ ਦੇਖੋ, ਔਰ ਇਹ ਹਰਪ੍ਰੀਤ ਕੌਰ ਜੀ ਇੱਥੋਂ ਟਾਈਟਲ ਜਿੱਤ ਕੇ ਜਾ ਰਹੇ।
ਬ੍ਰੇਕ ਦੇ ਵਿਚਕਾਰ ਪ੍ਰਸ਼ਨ ਪੁੱਛੇਗਾ, ਉਹਦਾ ਜਵਾਬ ਜਲਦੀ ਭੇਜੋ, ਔਰ ਨਾਲ ਹੀ ਦਰਸ਼ਕੋ ਯੂਟਿਊਬ ਤੇ ਸਾਡੇ ਅੱਜ ਤੱਕ ਦੇ ਸਾਰੇ ਐਪੀਸੋਡ ਵੀ, ਜਿਹੜੇ ਲੋਕ ਗੁਰਮਤ ਨੂੰ ਪਿਆਰ ਕਰਦੇ ਨੇ, ਗਿਆਨ ਜਾਣਨਾ ਚਾਹੁੰਦੇ ਨੇ, ਉਹਨਾਂ ਲਈ ਬੇਨਤੀ ਹੈ ਟੀਚਰ ਸਾਹਿਬਾਨ ਵਿਸ਼ੇਸ਼ ਕਰਕੇ ਗੁਰਮਤ ਦੇ ਇਹਨਾਂ ਦੇ ਪ੍ਰਸ਼ਨਾਂ ਨੂੰ ਲਵੋ, ਬੱਚਿਆਂ ਨੂੰ ਕੁਇਜ਼ ਕਰਾਓ, ਤਾਂ ਕਿ ਅੱਜ ਦੇ ਮਾਡਰਨ ਯੁੱਗ ਦੇ ਵਿਚਕਾਰ ਇਸ ਆਧੁਨਿਕ ਸਮੇਂ ਦੇ ਵਿੱਚ ਬੱਚੇ ਇਸ ਟੈਕਨੋਲੋਜੀ ਨਾਲ ਜੁੜ ਕੇ ਆਪ ਜੀ ਦੇ ਲਈ ਵੀ ਸੌਖਾ ਹੋ ਸਕੇ, ਸਾਡੇ ਵਾਸਤੇ ਵੀ ਕੀਤਾ ਹੋਇਆ ਪ੍ਰੋਗਰਾਮ ਸਫਲ ਹੋ ਸਕੇ। ਤੋ ਅਗਲੇ ਹਫ਼ਤੇ ਮਿਲਦੇ ਹਾਂ ਇਸੇ ਹੀ ਚੈਨਲ 'ਤੇ ਇਸੇ ਹੀ ਵੇਲੇ। ਆਓ ਬਣੀਏ ਗੁਰਸਿੱਖ ਪਿਆਰਾ ਦਾ ਅਗਲਾ ਐਪੀਸੋਡ ਹਰਪ੍ਰੀਤ ਕੌਰ ਜੀ ਦੇ ਨਾਲ। ਦਿਓ ਇਜਾਜ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।